ਸਤਿ ਸ਼੍ਰੀ ਅਕਾਲ, ਸਵਾਗਤ ਜੀ। ਠੰਡ ਜਿਹੜੀ ਹੈ ਵੱਧ ਰਹੀ ਹੈ ਦਿਨੋਂ ਦਿਨ, ਔਰ ਧੁੱਪ ਦਾ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਆਪਣਾ ਅਸਰ ਦਿਖ ਰਿਹਾ। ਸੋ ਦੋਵੇਂ ਚੀਜ਼ਾਂ ਲੜ ਰਹੀਆਂ ਨੇ ਆਪਸ ਦੇ ਵਿੱਚ, ਠੰਡ ਜਾ ਰਹੀ ਹੈ, ਧੁੱਪ ਆ ਰਹੀ ਹੈ। ਜਦੋਂ ਅਸੀਂ ਇਸੇ ਮੌਸਮ ਦੇ ਫਾਰਮੂਲੇ ਨੂੰ ਅਕਸਰ ਆਪਣੀ ਇੰਡਸਟਰੀ ਨਾਲ ਜੋੜ ਕੇ ਦੇਖਦਾ ਹੁੰਦਾ, ਮੈਂ, ਮੇਰੀ ਇੱਕ ਆਦਤ ਹੈਗੀ ਹੈ, ਤਾਂ ਇਹ ਹਾਲਾਤ ਇਸ ਵਕਤ ਵੀਜ਼ਾ ਲਾਈਨ ਦੇ ਵਿੱਚ ਹੋਏ ਹੋਏ ਨੇ। ਬਹੁਤ ਸਾਰੇ ਲੋਕ ਇੰਡਸਟਰੀ ਛੱਡ ਕੇ ਜਾ ਰਹੇ ਨੇ, ਬੜੇ ਸਾਰੇ ਲੋਕ ਨਵਾਂ ਕੰਮ ਖੋਲ੍ਹ ਰਹੇ ਨੇ, ਬੜੇ ਦੇਸ਼ਾਂ ਨੇ ਵੀਜ਼ੇ ਸਖਤ ਕਰਤੇ, ਬੜੇ ਸਾਰੇ ਨੇ ਜਿਹੜੇ ਹੈਗੇ ਥੋੜ੍ਹੀ ਲੀਨੀਅਸੀ ਵਰਤੀ ਹੈ, ਬੜੇ ਸਾਰੇ ਲੋਕ ਇਹਨਾਂ ਦੇ ਉੱਪਰ ਰੋਟੀਆਂ ਸੇਕ ਕੇ ਚੱਲਦੇ ਬਣੇ ਅਤੇ ਨਵੇਂ ਆ ਰਹੇ ਨੇ। ਸੋ ਇਹ ਇੱਕ ਮੈਂ ਕਹੂੰਗਾ ਕਿ ਜਿਹੜੀਆਂ ਗੱਲਾਂ ਨੇ ਨਾ ਪੰਜਾਬ ਦੇ ਵਿੱਚ, ਜਾਂ ਖਬਰਾਂ ਨੇ, ਜਾਂ ਰਿਊਮਰਸ ਨੇ, ਜਾਂ ਸ਼ੋਅ ਵੀ ਮੈਂ ਹੁਣ ਤਾਂ ਇੱਥੋਂ ਤੱਕ ਕਹੂੰਗਾ, ਐਡਵਰਟੀਜ਼ਮੈਂਟ ਹੈ, ਰੇਡੀਓ, ਟੀ ਵੀ, ਅਖਬਾਰ, ਫੇਸਬੁੱਕ, ਯੂਟਿਊਬ, ਜੋ ਵੀ ਹੈ, ਸਾਰੀਆਂ ਚੀਜ਼ਾਂ ਜ਼ਿੰਮੇਵਾਰ ਨੇ ਇਸ ਚੀਜ਼ ਦੇ ਕਿ ਅਸੀਂ ਕਿਸੇ ਚੀਜ਼ ਬਾਰੇ ਗਲਤ ਪ੍ਰਚਾਰ ਜਾਂ ਪ੍ਰਸਾਰ ਕਰਦੇ ਹਾਂ। ਇੱਕ ਤਾਂ ਜੇ ਅਸੀਂ ਸ਼ੋਅ ਦੇ ਵਿੱਚ ਉਹ ਗੱਲ ਦੱਸਣੀ ਹੈ ਕਿ ਜਿਹੜੀ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਹੈ ਕਿ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਰਿਹਾ, ਪਹਿਲਾਂ ਵੀ ਹੁੰਦਾ ਸੀ, ਅੱਜ ਵੀ ਹੋ ਰਿਹਾ, ਕੋਈ ਵਧਾਈ ਨਹੀਂ ਉਹਨਾਂ ਨੇ ਰਿਜੈਕਸ਼ਨ। ਦੂਸਰਾ ਹੈਗਾ ਵਿਦਿਆਰਥੀਆਂ ਨੂੰ ਕੁਛ ਮਾਰਚ ਅਪ੍ਰੈਲ ਦੇ ਵਿੱਚ ਪੇਪਰ ਹੁੰਦੇ ਨੇ, ਉਸ ਤੋਂ ਪਹਿਲਾਂ ਤਿਆਰੀ ਕਰਨੀ ਹੁੰਦੀ ਹੈ ਪ੍ਰੀ ਕਾਉਂਸਲਿੰਗ ਦੀ, ਔਰ ਜਾਂ ਫਿਰ 18 ਦੇ ਵਿੱਚ ਰਿਫਿਊਜ਼ ਹੋ ਗਏ ਉਹਨਾਂ ਨੂੰ ਕੁਝ ਜਾਣਕਾਰੀ ਲੈਣੀ ਹੁੰਦੀ ਹੈ। ਇਹਦੇ ਵਾਸਤੇ ਗੋ ਗਲੋਬਲ ਨੇ ਸਪੈਸ਼ਲੀ 30 ਤੋਂ ਲੈ ਕੇ 5 ਫਰਵਰੀ ਤੱਕ ਉਪਰਾਲਾ ਕੀਤਾ ਹੈ, ਵੱਖ ਵੱਖ ਸ਼ਹਿਰਾਂ ਦੇ ਵਿੱਚ ਬੱਚਿਆਂ ਨੂੰ ਅਵੇਅਰ ਕੀਤਾ ਜਾਊਗਾ। ਮੈਂ ਇਹਨੂੰ ਇੱਕ ਐਜੂਕੇਸ਼ਨ ਫੇਅਰ ਦਾ ਨਾਮ ਨਹੀਂ ਦਊਂਗਾ, ਅਵੇਅਰ ਕੀਤਾ ਜਾਊਗਾ ਹਰ ਕੰਟਰੀ ਬਾਰੇ। ਕੋਈ ਕਿਸੇ ਦੇ 20 ਰੈਪ ਆ ਕੇ ਕਿਸੇ ਨੂੰ ਔਨ ਸਪੋਟ ਔਫਰ ਲੈਟਰ ਨਹੀਂ ਦੇ ਰਹੇ। ਇਹ ਜ਼ਰੂਰੀ ਹੈ ਕਿ ਪਹਿਲਾਂ ਬੱਚਾ ਵੀਜ਼ਾ ਕਿਵੇਂ ਲੈਣਾ, ਇੱਕ ਕੰਸਲਟੈਂਟਸ ਤੋਂ ਰਾਏ ਲੈ ਲਏ 3 ਮਹੀਨੇ ਪਹਿਲਾਂ। ਇਹਦੇ ਵਾਸਤੇ ਜਿਹੜੀ ਹੈਗੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਬਹੁਤ ਸਾਰੀਆਂ ਗੱਲਾਂ ਅੱਜ ਦੇ ਇਸ ਸ਼ੋਅ ਦੇ ਵਿੱਚ ਹੋਣਗੀਆਂ। ਲਗਾਤਾਰ ਸਾਡੇ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂਰਪ ਅਤੇ ਖਾਸ ਕਰ ਸਾਈਪ੍ਰੈਸ ਜਾਣ ਵਾਲੇ ਬੱਚੇ ਸਾਡੇ ਨਾਲ ਜੁੜੇ ਰਹਿਣਗੇ। ਨਵਨੀਤ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਜਿਵੇਂ ਭਾਅ ਜੀ ਨੇ ਕਿਹਾ, ਮੇਰੀ ਪੰਜਾਬ ਦੀ ਫੇਰੀ ਦੀ ਤਿਆਰੀ ਹੈ ਜੀ। 30 ਤਰੀਕ ਨੂੰ ਮੋਗੇ ਹੋਊਂਗਾ, 31 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ, 1 ਤਰੀਕ ਜਲੰਧਰ, 2 ਤਰੀਕ ਲੁਧਿਆਣੇ, 4 ਤਰੀਕ ਬਠਿੰਡਾ ਅਤੇ 5 ਤਰੀਕ ਸੰਗਰੂਰ। ਪਹਿਲਾਂ ਤਾਂ ਜੀ ਇਹ ਕੋਈ ਐਜੂਕੇਸ਼ਨ ਫੇਅਰ ਨਹੀਂ ਹੈ, ਵਰਲਡ ਦਾ ਸਭ ਤੋਂ ਵੱਡਾ, ਸਭ ਤੋਂ ਵੱਧ, ਇਹੋ ਜਿਹਾ ਕੁਛ ਨਹੀਂ ਹੈ ਜੀ। ਇਹ ਮੇਰੇ ਆਪਣੇ ਦਫ਼ਤਰ 'ਚ ਹੈ, ਕੋਈ ਹੋਟਲ ਨਹੀਂ ਬੁੱਕ ਕਰਾਏ, ਕੋਈ ਕੁਛ ਨਹੀਂ ਕੀਤਾ। ਭਾਅ ਜੀ ਫੇਅਰ ਤਾਂ ਮਿਲਦਾ ਕੀ ਹੈ, ਅੱਜ ਆਪਾਂ ਫੇਅਰ ਨੂੰ, ਚੰਗੀ ਗੱਲ ਹੈ, ਲਾਰੇ ਲਾਣ। ਉਹ ਕਹਿੰਦੇ ਜੀ ਐਪਲੀਕੇਸ਼ਨ ਫੀ ਵੇਵਰ ਮੇਰੇ ਕੋਲ ਵੀ ਹੈ ਜੀ। 1500 ਵਾਲੀ ਪਲੇਟ ਨਹੀਂ ਖਾਉਂਦੇ ਵਿੱਚ? ਬਿਲਕੁਲ ਜੀ। ਸੋ ਪਹਿਲੀ ਚੀਜ਼, ਐਪਲੀਕੇਸ਼ਨ ਫੀ ਵੇਵਰ ਮੇਰੇ ਕੋਲ ਵੀ ਹੈ ਜੀ, ਸਕੋਲਰਸ਼ਿਪ ਉਹੀ ਮੇਰੇ ਕੋਲ ਵੀ ਹੈ ਜੀ, ਕੋਰਸ ਕਾਲਜ ਉਹੀ ਮੇਰੇ ਕੋਲ ਵੀ ਹੈ ਜੀ। ਜਿਹੜੀ ਆਪਾਂ ਉਹ ਤੋਂ ਬਾਅਦ ਕਹਿੰਦੇ ਹਾਂ ਸਾਡੀ ਪ੍ਰੋਸੈਸਿੰਗ ਫੀਸ ਘੱਟ ਹੈ, ਉਹ ਮੇਰੀ ਪੂਰੀ ਅਗਲਾ ਮਹੀਨਾ ਘੱਟ ਹੈ, ਰਾਈਟ। ਸੋ ਜੇ ਇਹ ਲਾਲਚ ਨੂੰ ਮਿਲੇ ਜਾਣਾ ਤਾਂ ਜਦੋਂ ਮਰਜ਼ੀ ਚੱਲ ਜਾਓ, ਇੱਕ ਥਾਂ ਇਕੱਠੇ ਨਾ ਹੋਵੋ, ਰਾਈਟ। ਸੋ ਮੇਰਾ ਉਪਰਾਲਾ ਇਹ ਰਹੇਗਾ ਕਿ ਤੁਹਾਨੂੰ ਆਪ ਮਿਲਾ, ਮੇਰੀ ਟੀਮ ਮਿਲੇ, ਤੁਹਾਡੇ ਸਵਾਲ। ਜਿਹੜੀ ਭਾਅ ਜੀ ਨੇ ਗੱਲ ਕਹੀ ਕਿ ਪ੍ਰਾਪਤ ਕਿਵੇਂ ਕਰਨਾ, ਪ੍ਰਾਪਤ ਕਰਕੇ ਕੀ ਹਾਸਲ ਕਰਨਾ, ਆਪਾਂ ਮੇਲੇ 'ਤੇ ਪਹੁੰਚੇ, ਆਪਾਂ ਨੂੰ ਇੱਕ ਕਾਲਜ ਵਾਲਾ ਮਿਲਿਆ, ਉਹਨੇ ਆਪਾਂ ਨੂੰ ਆਫਰ ਲੈਟਰ ਦੇ ਤੀ, ਆਪਣਾ ਵੀਜ਼ਾ ਆ ਗਿਆ, ਆਪਾਂ ਪਹੁੰਚ ਗਏ, ਇਹ ਸੋਚਿਆ ਕਿ ਉਹ ਕਾਲਜ ਮੇਰੇ ਲਈ ਠੀਕ ਸੀ, ਕਿ ਉਹ ਪ੍ਰੋਗਰਾਮ ਮੇਰੇ ਲਈ ਠੀਕ ਸੀ, ਕਿ ਉਹ ਪ੍ਰੋਵਿੰਸ। ਜੇ ਮੇਰੇ ਕੋਲ ਅੱਜ ਮੈਂ ਕਹਿੰਦਾ ਜੀ ਪੰਜਾਬ ਨੂੰ ਕਿਊਬੈਕ ਜਾਣ ਦੀ ਲੋੜ ਹੈ, ਅਲਬਰਟਾ ਜਾਣ ਦੀ ਲੋੜ ਹੈ, ਪੰਜਾਬ ਨੂੰ ਪ੍ਰਿੰਸ ਐਡਵਰਡ ਜਾਣ ਦੀ ਲੋੜ ਹੈ, ਪੰਜਾਬ ਨੂੰ ਨੋਵਾ ਸਕੋਸ਼ੀਆ ਜਾਣ ਨੂੰ ਲੋੜ ਹੈ, ਪੰਜਾਬ ਨੂੰ ਸਿਸਕੈਚੁਐਨ ਜਾਣ ਦੀ ਲੋੜ ਹੈ, ਮੈਨੀਟੋਬਾ ਜਾਣ ਦੀ ਲੋੜ ਹੈ, ਜੇ ਉੱਥੋਂ ਦਾ ਨੁਮਾਇੰਦਾ ਇੱਕ ਇੱਕ ਹੋਇਆ, ਬਾਕੀਆਂ ਦੇ 15 ਹੋਏ, ਤੁਹਾਨੂੰ ਓਬਵੀਅਸਲੀ ਟੋਰੋਂਟੋ ਭੇਜਿਆ ਜਾਏਗਾ, ਬਿਲਕੁਲ, ਜਿੱਥੇ ਦੇ ਨੁਮਾਇੰਦੇ ਹੋਣਗੇ। ਸੋ ਹੁਣ ਜੇ ਇੱਕ ਭਾਈ ਕੋਲ ਹੈ ਹੀ ਡਬਲ ਰੋਟੀ ਪਈ ਹੈ, ਬ੍ਰੈਡਾਂ ਪਈਆਂ ਹੈ, ਉਹਦੇ ਕੋਲ ਆਟਾ ਹੈ ਨਹੀਂ ਤਾਂ ਬ੍ਰੈਡ ਵੇਚੂ, ਰਾਈਟ। ਸੋ ਗੱਲ ਇਹ ਹੈ ਕਿ ਜਾਓ ਸਾਰੇ ਪਾਸੇ ਅਵੇਅਰਨੈਸ ਲਓ, ਸਭ ਕੁਛ ਕਰੋ, ਬਟ ਸੋਚ ਸਮਝ ਕੇ ਫੈਸਲਾ ਲਓ। ਇੱਕ ਬਾਜ਼ਾਰ ਅਫਵਾਹ ਦਾ, ਜਿਵੇਂ ਭਾਅ ਜੀ ਨੇ ਕਿਹਾ ਵੀ ਰੋਟੀਆਂ ਸੇਕਣ ਵਾਲਾ ਕੰਮ ਹੈ, ਕਿਸੇ ਨੇ ਕਿਸੇ ਆਧਾਰ 'ਤੇ ਕਰ ਲੈਣਾ, ਕਿਸੇ ਨੇ ਕਿਸੇ ਆਧਾਰ 'ਤੇ ਅਫਵਾਹਾਂ ਫੈਲਾ ਕੇ ਗਲਤ ਧਾਰਨਾਵਾਂ ਪੈਦਾ ਕਰਕੇ ਲੋਕਾਂ ਨੇ ਆਪਦੀਆਂ ਚੁੱਲ੍ਹੇ ਅੱਗ ਬਾਲ ਲਈ। ਬਹੁਤ ਵੱਡੇ ਪੱਧਰ 'ਤੇ ਗੁੰਮਰਾਹ ਕੀਤਾ ਜਾਂਦਾ ਜੀ, ਖਾਸ ਕਰ ਉਸ ਮੁੱਦੇ ਦੀ ਗੱਲ ਕਰੀਏ ਜਿਹਨੂੰ ਅੱਜ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹਵਾ ਦਿੱਤੀ ਜਾ ਰਹੀ ਹੈ ਕਿ ਕੈਨੇਡਾ ਦੀ ਰਿਜੈਕਸ਼ਨ ਆ ਗਈ ਜੀ, ਫਲਾਣਾ ਖੁੱਲ੍ਹ ਗਿਆ, ਫਲਾਣਾ ਬੰਦ ਹੋ ਗਿਆ। ਪਿਛਲੇ 15 ਸਾਲ ਤੋਂ ਅਸੀਂ ਇੰਡਸਟਰੀ 'ਚ ਹੈ, 12-11 ਸਾਲ ਤੋਂ ਸ਼ੋਅ ਚਲਾ ਰਹੇ ਹਾਂ, ਕਿਸੇ ਦੇਸ਼ ਨੇ ਕਦੇ ਵੀ ਕੋਈ ਵੀਜ਼ਾ ਬੰਦ ਨਹੀਂ ਕੀਤਾ, ਨਾ ਹੀ ਖੋਲ੍ਹਿਆ। ਹਾਂ, ਸਖਤ ਹੋ ਜਾਂਦਾ ਹੈ, ਉਹਦੀ ਰਿਕੁਆਇਰਮੈਂਟ ਵੱਧਦੀ ਜਾਂ ਘੱਟਦੀ ਰਹਿੰਦੀ ਹੈ। ਅੱਜ ਕੈਨੇਡਾ ਦੀ ਨੁਨੀ ਜੀ ਗੱਲ ਹੋ ਰਹੀ ਹੈ ਰਿਜੈਕਸ਼ਨਸ ਦੀ, ਰਿਜੈਕਸ਼ਨ ਤਾਂ 10 ਸਾਲ ਪਹਿਲਾਂ ਵੀ ਆਉਂਦੀ ਸੀ, ਅੱਜ ਵੀ ਆ ਰਹੀ ਹੈ, 10 ਸਾਲ ਬਾਅਦ ਵੀ ਆਉਣੀ, ਬਿਲਕੁਲ ਆਉਣੀ। ਪੇਸ਼ ਕਿਉਂ ਕੀਤਾ ਭਾਅ ਜੀ? ਇਹਨੂੰ ਪੇਸ਼ ਤਾਂ ਕੀਤਾ ਜਾ ਰਿਹਾ, ਹੁਣ ਅੰਡਰਸਟੈਂਡ ਕਰੋ, ਕਈ ਲੋਕਾਂ ਨੇ ਕੈਨੇਡਾ ਦੇ ਪੈਕੇਜ ਵੇਚ ਲਏ, ਕਿਸੇ ਨੇ ਕਿਊਬੈਕ ਦੇ ਨਾਮ 'ਤੇ ਪੈਸੇ ਖਾ ਲਏ, ਕਿਸੇ ਨੇ ਪ੍ਰਾਈਵੇਟ ਕਾਲਜ ਦੇ ਨਾਮ 'ਤੇ ਪਾ ਲਏ, ਕਿਸੇ ਨੇ ਕਾਲਜ ਖੋਲ੍ਹ ਕੇ ਖਾ ਲਏ, ਕਿਸੇ ਨੇ ਕੁਛ ਕਰ ਲਿਆ, ਕਿਸੇ ਨੇ ਕੁਛ ਕਰ ਲਿਆ। ਹੁਣ ਕਿਵੇਂ ਬੱਚੇ ਨੂੰ ਗੁੰਮਰਾਹ ਕੀਤਾ ਜਾਵੇ ਕਿ ਭਾਈ ਤੂੰ ਕੈਨੇਡਾ ਦਾ ਖੇੜਾ, ਚੱਲ ਆਸਟ੍ਰੇਲੀਆ ਚੱਲ, ਰਾਈਟ? ਉਹਨੂੰ ਕਿਵੇਂ ਆਪਾਂ ਗੁੰਮਰਾਹ ਕਰੀਏ? ਇਹ ਉਹ ਗੁੰਮਰਾਹ ਕਰਨ ਦਾ ਸ਼ਡਯੰਤਰ ਹੈ ਕਿ ਭਾਅ ਜੀ ਵੀਜ਼ਿਆਂ ਦੀ ਰਿਜੈਕਸ਼ਨ ਬਹੁਤ ਹੈ, ਭਾਅ ਜੀ ਹੈ ਰਿਜੈਕਸ਼ਨ, ਇਹ ਵੀ ਸੱਚ ਹੈ। ਜੇ ਆਪਾਂ ਏਜ ਬੱਚਾ ਸਿਰਫ ਬੱਚੇ ਤੋਂ 25-50 ਹਜ਼ਾਰ ਲੱਖ ਰੁਪਏ ਕਮਾਉਣ ਨੂੰ ਸਾਰੀਆਂ ਫਾਈਲਾਂ ਨੋਨ SDS ਲਾ ਰਹੇ ਤਾਂ ਸਾਰੀ ਰਿਜੈਕਸ਼ਨ ਆਉਣੀ ਜੀ। ਮੈਂ ਥੋੜ੍ਹਾ ਜਿਹਾ ਚੀਜ਼ ਪੇਸ਼ ਕਰਨੀ ਚਾਹੂੰਗਾ ਜਿੰਨੀ ਕੁ ਮੈਨੂੰ ਖਬਰ ਹੈ।
ਐਸ ਡੀ ਐਸ ਆਉਣ ਦੇ ਨਾਲ ਜਿੱਥੇ ਫਾਇਦੇ ਹੋਏ ਉੱਥੇ ਇੱਕ ਨੁਕਸਾਨ ਇਹ ਹੋ ਗਿਆ ਕਿ ਬਹੁਤ ਸਾਰੇ ਅਜਿਹੇ ਕਾਲਜਾਂ ਦੀ ਘੁਸਪੈਠ ਹੋ ਗਈ ਯੈਸ ਜਿਹੜੇ ਯੋਗ ਨਹੀਂ ਸੀ ਇੰਟਰਨੈਸ਼ਨਲ ਬੱਚੇ ਨੂੰ ਪੜ੍ਹਾਉਣ ਦੇ ਕੈਪੇਬਲ ਨਹੀਂ ਸੀ ਇਨਫਰਾ ਨਹੀਂ ਸੀਗਾ ਸਟਾਫ ਨਹੀਂ ਸੀਗਾ ਉਹਨਾਂ ਨੇ ਖੋਲ੍ਹ ਲਿਆ ਹੁਣ ਪੈਸਾ ਕਿੱਥੋਂ ਕਮਾਉਣਾ ਜਿਹੜੇ ਚੰਗੇ ਕਾਲਜ ਸੀ ਜਦੋਂ ਐਸ ਪੀ ਲਿਸਟ ਸੀਗੀ ਜੀ ਤਾਂ ਕਾਲਜ ਤੁਹਾਨੂੰ ਮਨ੍ਹਾ ਕਰ ਦਿੰਦਾ ਸੀ ਜਾਂ ਅੰਬੈਸੀ ਮਨ੍ਹਾ ਕਰ ਦਿੰਦੀ ਸੀਗੀ ਠੀਕ ਹੈ ਹੁਣ ਕੀ ਹੋ ਰਿਹਾ ਹੁਣ 500 ਤੋਂ ਲੈ ਕੇ $1,000 ਦੀ ਗੇਮ ਹੈ ਕਾਲਜ ਮਨੇ ਨਹੀਂ ਕਰਦਾ ਮਨੇ ਨਹੀਂ ਕਰਦਾ ਉਹ ਅਪਲਾਈ ਕਰ ਦਿੰਦਾ ਤੇ ਉਹ ਰੁੜ ਜਾਂਦੇ ਨੇ ਫਿਰ ਅਸੀਂ ਕਹਿੰਦੇ ਦੇਖੋ ਭਾਜੀ ਨੋਨ ਐਸ ਡੀ ਐਸ ਦਾ ਵਪਾਰ ਬਹੁਤ ਤਕੜਾ ਹੈ ਕਾਲਜ ਨੂੰ $500 ਤੋਂ $1,000 ਏਜੰਟ ਨੂੰ 50,000 ਤੋਂ 1,00,000 ਰੁਪਈਆ ਅੰਬੈਸੀ ਨੂੰ ਉਹਨਾਂ ਦੀ ਫੀਸ ਬੱਚਾ ਇੱਕ ਟਰਾਈ ਦੂਜੀ ਟਰਾਈ ਤੀਜੀ ਟਰਾਈ ਚੌਥੀ ਟਰਾਈ ਬੱਚਾ ਇੱਕ ਏਜੰਟ ਤੋਂ ਦੂਜਾ ਏਜੰਟ ਬੱਚਾ ਇਹ ਨਹੀਂ ਕਹਿੰਦਾ ਕਿ ਭਾਜੀ ਮੈਂ ਇੰਗਲਿਸ਼ ਕਰ ਲੂੰ ਮੈਂ ਆਪਣੀ ਫਾਈਲ ਨੂੰ ਐਸ ਟੀ ਐਸ ਕਰ ਦੂੰ ਇਹ ਨਹੀਂ ਕਹਿੰਦਾ ਜਵਾਕ ਨੂੰ ਸਮਝਾ ਮਰ ਜਾਓ ਕਹਿ ਮਰ ਜਾਓ ਕਿ ਭਾਈ ਮੇਰੇ ਵੀ ਪੜ੍ਹ ਲਓ ਦੁਬਾਰਾ ਆਇਲਸ ਮੈਂ ਪੰਜਾਬ 'ਚ ਖੁੱਲ੍ਹੀ ਭਾਅ ਜੀ ਔਫਰ ਦੇ ਕੇ ਜਾਂਦਾ ਬੱਚਿਆਂ ਨੂੰ ਸਾਰਿਆਂ ਨੂੰ ਚਾਹੇ ਮੇਰੇ ਤੋਂ ਫਾਈਲ ਲੱਗੀ ਨਹੀਂ ਲੱਗੀ ਇੱਕ ਮਹੀਨੇ ਦੀ ਫੀਸ ਦੇ ਕੇ ਮੇਰੇ ਕੋਲ ਆਇਲਸ ਦੇ 2 ਮਹੀਨੇ ਪੜ੍ਹ ਲਓ ਤੁਸੀਂ ਆਹ ਸਪਤੰਬਰ ਜਾਏਗਾ ਮੈਜੋਰਟੀ ਬੱਚਾ ਮਈ 'ਚ ਜਿਹੜਾ ਬੱਚਾ ਜਾ ਰਿਹਾ ਉਹ ਨੋਨ ਐਸ ਡੀ ਐਸ ਹੈ ਫਿਲਹਾਲ ਸੋਰੀ ਐਸ ਡੀ ਐਸ ਬੱਚਾ ਅਵੇਲੇਬਲ ਹੈ ਜਿਹਨੇ ਜਾਣਾ ਹੀ ਸਪਤੰਬਰ 'ਚ ਹੈ ਉਹਨੂੰ ਕਾਹਦੀ ਕਾਲ ਪੈ ਗਈ ਤੁਸੀਂ ਆਪਦੀ ਔਫਰ ਮੰਗਾ ਲਓ ਨੋਨ ਐਸ ਡੀ ਐਸ ਹੀ ਮੰਗਾ ਲਓ ਜੇ ਬੈਂਡ ਵੱਧ ਕੇ 6 ਈਚ ਕਰਕੇ ਲਾ ਦਿਓ ਕੀ ਪਾਲਦੇ ਹੋ ਰਿਜੈਕਸ਼ਨਾਂ ਵਧੀਆ ਨਹੀਂ ਰਿਜੈਕਸ਼ਨਾਂ ਵਧੀਆ ਦਿਖਣਗੀਆਂ ਕਿਉਂਕਿ ਜੂਆ ਤੁਹਾਡੇ ਉੱਪਰ ਗੀਟੇ 5.5 ਬੈਂਡ 1 'ਚ ਹੋਣ ਫਾਈਲ ਮੈਂ ਵੀ ਲਾਉਣਾ ਮੈਂ ਵੀ ਨਹੀਂ ਕਹਿੰਦਾ ਕਿ ਮੈਂ ਫਾਈਲ ਐਂਟਰਟੇਨ ਹੀ ਨਹੀਂ ਕਰਦਾ ਵੀਜ਼ੇ ਵੀ ਆਉਂਦੇ ਨੇ ਵੀਜ਼ੇ ਰਿਜੈਕਟ ਵੀ ਹੁੰਦੇ ਨੇ ਬਟ ਪਰਸੈਂਟੇਜ ਦਾ ਫਰਕ ਪੈਂਦਾ ਰਣਬੀਰ ਭਾਜੀ ਬਾਕੀ ਜਵਾਕਾਂ ਨੂੰ ਜਿੰਨਾ ਮਰਜ਼ੀ ਮਨਾ ਕਰ ਲਓ ਜਵਾਕ ਵੀ ਸਮਝਦਾ ਨਹੀਂ ਸੋ ਹੁਣ ਮੇਲਿਆਂ ਦੇ ਕੀ ਹੋਣ ਹਰ ਮੇਲੇ 'ਤੇ ਕਈ ਕਾਲਜ ਬੈਠੇ ਆ ਜਿਨ੍ਹਾਂ ਨੇ 1 ਚੋਂ 5.5 ਲੈਣਾ 5,000 ਰੁਪਈਏ ਤੋਂ ਲੈ ਕੇ 10,000 ਰੁਪਈਆ ਬੱਚੇ ਤੋਂ ਲੈਣਾ ਭਾਜੀ ਔਸਤਨ ਤੌਰ 'ਤੇ ਇੱਕ ਹੋਟਲ ਦਾ ਕਿਰਾਇਆ 2-4 ਲੱਖ ਰੁਪਈਆ ਘੱਟੋ ਘੱਟ 50 ਲੱਖ ਦੀ ਮਸ਼ਹੂਰੀ ਜੇ ਉਹਨਾਂ ਨੇ 60-70-80 ਲੱਖ ਰੁਪਏ ਖਰਚਿਆ ਤਾਂ ਪੈਸੇ ਤਾਂ ਬੰਦੇ ਨੇ ਉਰੋ ਹੀ ਪੂਰੇ ਕਰਕੇ ਜਾਣੇ ਨੇ ਸੋ ਉਹੀ ਗੱਲ ਹੈ ਤੁਸੀਂ ਆਪ ਨੂੰ ਸੋਚ ਕੇ ਤੁਰੋ ਕਿ ਜੇ ਆਪਣੇ 1 ਚ 5.5 ਹੈ ਜਾਂ ਘੱਟ ਹੈ ਜਾਂ ਤਾਂ ਆਸਟ੍ਰੇਲੀਆ ਮੂਵ ਕਰ ਲਈਏ ਜਾਂ ਆਪਾਂ ਆਇਲਸ ਦੁਬਾਰਾ ਕਰ ਲਈਏ ਨਹੀਂ ਤਾਂ ਜੇ ਨੋਨ ਐਸ ਡੀ ਐਸ ਲਾਈਏ ਤਾਂ ਇਹੋ ਜਿਹੇ ਚੰਗੇ ਤਰੀਕੇ ਲਾਈਏ ਕਿ ਘੱਟੋ ਘੱਟ ਵੀਜ਼ਾ ਪ੍ਰੋਬੇਬਿਲਿਟੀ ਬੰਦੇ ਦੀ Hi, I'm Aruvi Sharma. You're watching international program Desh Pardes Live. Subscribe the YouTube channel. ਮੁੰਬਈ ਦੀ ਕੰਪਨੀ ਸਾਡੇ ਚੈਨਲ ਦੇ ਵਿੱਚ ਆਈ ਅਸੀਂ ਉਹਨਾਂ ਨਾਲ ਗੱਲ ਕੀਤੀ ਇੱਕ ਬੜਾ ਮੈਂ ਕੁਐਸਚਨ ਪੁੱਛਿਆ ਜੀ ਜਿਹੜਾ ਖਦਸ਼ਾ ਸੀ ਪੰਜਾਬ ਦਾ ਮੈਂ ਕਿਹਾ ਜੀ 11 ਸਾਲ ਪਹਿਲਾਂ 12 ਜਦੋਂ ਇਹ ਸ਼ੋਅ ਸ਼ੁਰੂ ਹੋਇਆ ਮੇਰੇ ਦੋਸਤ ਨੇ ਜਾਣਾ ਸੀ ਮੈਂ ਉਹਦੇ ਨਾਲ ਲੱਗ ਕੇ 9 ਦਿਨਾਂ ਦੇ ਵਿੱਚ ਅਸੀਂ ਕਾਗਜ਼ ਤਿਆਰ ਕੀਤੇ ਕਿੱਥੋਂ ਫੋਟੋ ਸਟੇਟ ਹੋਣੀ ਹੈ ਕਿੱਥੋਂ ਨੋਟਰੀ ਹੋਣੀ ਹੈ ਕਿਹੜੇ ਬੈਂਕ ਦੇ ਵਿੱਚ ਲੋਨ ਦੇ ਕਿਹੜੇ ਕਾਗਜ਼ ਲੱਗਣੇ ਮੈਨੂੰ ਅੱਜ ਤੋਂ 11 ਸਾਲ ਪਹਿਲਾਂ ਸਿੱਖ ਗਿਆ ਸੀ ਮੈਂ ਆਪਣਾ ਦੋਸਤ ਭੇਜਣਾ ਸੀ ਕੈਨੇਡਾ ਅਸੀਂ ਧੱਕੇ ਖਾਧੇ ਅੱਜ ਉਹ ਸਾਰੇ ਕੰਮ ਕੰਸਲਟੈਂਟਸ ਕਰਦੇ ਨੇ ਯੈਸ ਅਸੀਂ ਬੱਚਾ ਬੇਕਾਰ ਕਰਤਾ ਅਸੀਂ ਆਇਲਸ ਜੁਗਾੜਾਂ 'ਚ ਪੈ ਗਏ ਫੰਡ ਅਸੀਂ ਕਰਵਾਵਾਂਗੇ ਜੀ ਗੈਪ ਹੈ ਅਸੀਂ ਕਿਤੋਂ ਬਣਵਾ ਦਾਂਗੇ ਜੀ ਬੱਚਾ ਤਾਂ ਕਹਿੰਦਾ ਕਾਗਜ਼ ਪਏ ਨੇ ਜੀ ਮੇਰਾ ਖਿਆਲ ਅੱਜ ਬੱਚੇ ਨੂੰ ਇਹ ਲੱਗਣ ਲੱਗ ਪਿਆ ਮਾਫ਼ ਨਾ ਕਰਿਓ ਨਕਾਰਾ ਕਰਤਾ ਬੱਚੇ ਨੂੰ ਆਹ ਫੀਲਿੰਗ ਆ ਗਈ ਸ਼ਾਇਦ ਮੈਂ ਅਹਿਸਾਨ ਕਰ ਰਿਹਾ ਕੰਸਲਟੈਂਟ ਕੋਲ ਜਾ ਕੇ ਅਹਿਸਾਨ ਕੰਸਲਟੈਂਟ ਵੀ ਨਹੀਂ ਕਰ ਰਿਹਾ ਉਹ ਇੱਕ ਪ੍ਰੋਫੈਸ਼ਨਲ ਸਰਵਿਸ ਦੇ ਰਿਹਾ ਗੋ ਗਲੋਬਲ ਤੁਹਾਡਾ ਵੀਜ਼ਾ ਲਾ ਕੇ ਤੁਹਾਡਾ ਅਹਿਸਾਨ ਨਹੀਂ ਕਰਦਾ ਮੇਰਾ ਵਪਾਰ ਆ ਮੇਰੀ ਡਿਊਟੀ ਆ ਮੇਰੀ ਜੋਬ ਹੈ ਰਾਈਟ ਬਟ ਸਵਾਲ ਇਹ ਹੈ ਕਿ ਬੱਚੇ ਨੂੰ ਇੱਕ ਗਲਤ ਫਹਿਮੀ ਪੈਦਾ ਕਰਤੀ ਗਈ ਭਾਜੀ ਹੁੰਦਾ ਕੀ ਹੈ ਅੱਜ ਲੱਗ ਗਏ ਮੇਲੇ ਹੁਣ ਪੂਰਾ ਮੇਲੇ ਇੱਕ ਇੱਕ ਜਵਾਕ ਨੂੰ 15-15 ਕੰਪਨੀਆਂ ਤੋਂ ਫੋਨ ਆ ਰਹੇ ਸਰ ਆਪ ਆ ਰਹੇ ਹੋ ਸਰ ਆਪ ਆ ਰਹੇ ਹੋ ਉਹਨੂੰ ਲੱਗਦਾ ਵੀ ਲੈ ਵੀ ਮਿੱਤਰ ਰੱਖ ਇੱਥੇ ਵੀ ਆਪਣੇ ਤਾਂ ਲੋੜ ਹੀ ਬਹੁਤ ਪੈ ਗਈ ਕੈਨੇਡਾ ਨੂੰ ਵੀ ਕੈਨੇਡਾ ਨੂੰ ਲੋੜ ਨਹੀਂ ਪਈ ਯਾਰ ਮੇਲੇ ਵਾਲੇ ਨੂੰ ਲੋੜ ਹੈ ਰਾਈਟ ਮੇਲੇ ਵਾਲੇ ਨੂੰ ਲੋੜ ਹੈ ਕੈਨੇਡਾ ਕੋਲ ਇਨਫ ਬੱਚਾ ਪੂਰੇ ਵਰਲਡ ਵਿਸ਼ਵ ਭਰ 'ਚੋਂ ਜਾ ਰਿਹਾ ਹੈ ਤੁਹਾਡੀ ਘਰੇ ਬੈਠਿਆਂ ਦੀ ਉਹਨਾਂ ਕੋਲ ਬਹੁਤੀ ਤਾਂਗ ਨਹੀਂ ਹੈ ਇਹ ਨਾ ਸੋਚੋ ਕਿ ਮੈਂ ਚਬਾਰੇ ਬੈਠਾ ਮੈਨੂੰ ਕੈਨੇਡਾ ਵਾਲਾ ਤਰੂ ਤੋਂ ਲੈਣ ਆ ਰਿਹਾ ਇਹ ਭੁਲੇਖੇ ਦਿਮਾਗ 'ਚੋਂ ਕੱਢ ਦਿਉ ਉਹਨਾਂ ਨੂੰ ਆਉਂਦੇ ਹੋਏ ਟਾਈਮ 'ਚ ਕੁਆਲਿਟੀ ਸਟੂਡੈਂਟ ਚਾਹੀਦਾ ਭਾਅ ਜੀ ਮੇਰੇ ਹਿਸਾਬ ਨਾਲ ਸਪਟੈਂਬਰ ਇਨਟੇਕ ਤੋਂ ਬਾਅਦ ਨੋਨ ਐਸ ਡੀ ਐਸ ਐਪਲੀਕੇਸ਼ਨ ਲਗਭਗ ਜਿਹੜੀ 5.5 ਵਾਲੀ ਹੈ ਉਹਨਾਂ ਦਾ ਖੇਲ ਹੀ ਖਤਮ ਕਰ ਦੇਣਗੇ ਅੱਛਾ ਹੁਣ ਦੀ ਸਥਿਤੀ ਕੀ ਹੈ 5.5 ਦੀ ਜਿਹੜੀ ਰਿਫਿਊਜ਼ਲ ਹੋ ਗਈ ਉਹ ਕੀ ਕਰਨ ਭਾਅ ਜੀ ਉਹਨਾਂ ਕੋਲ ਰਾਈਟ ਐਟੀਟਿਊਡ ਤਾਂ ਹੈ ਕਿ ਆਇਲਸ ਰਿਪੀਟ ਕਰ ਲੈ ਰਾਈਟ ਦ ਰਾਈਟ ਵੇ ਦਾ ਸਹੀ ਤਰੀਕਾ ਕੀ ਹੈ ਸਭ ਤੋਂ ਵੱਡੀ ਬਿਊਟੀ ਐਸ ਡੀ ਐਸ ਦੀ ਕੀ ਹੈ ਰਣਵੀਰ ਭਾਅ ਜੀ ਮੇਰੇ ਕੋਲ ਜੇ ਇੱਕ ਬੱਚਾ ਰਿਫਿਊਜ਼ ਹੋ ਗਿਆ ਰੱਬ ਨਾ ਕਰੇ ਉਹਦੇ 1 'ਚੋਂ 5.5 ਸੀ ਉਹਨੇ ਦੁਬਾਰਾ 6 ਈਚ ਲੈ ਲਏ ਉਹ ਫਾਈਲ ਐਪਲੀਕੇਸ਼ਨ ਐਸ ਡੀ ਐਸ ਹੋ ਗਈ ਰਾਈਟ ਸੋ ਪੁਰਾਣਾ ਐਸ ਪੀ ਵਾਲਾ ਫਾਰਮੂਲਾ ਨਹੀਂ ਕਿ ਇੱਕ ਵਾਰੀ ਰਿਜੈਕਟ ਹੋ ਗਈ ਤਾਂ ਬਾਹਰ ਕੱਢਤੀ ਗਈ ਸੋ ਇਹ ਇੱਕ ਚੰਗੀ ਹੈਗੀ ਹੈ ਕਿ ਆਪਾਂ ਜੇ 1-2 ਮਹੀਨੇ 3 ਮਹੀਨੇ ਪੜ੍ਹ ਕੇ ਇੱਕ ਬੈਂਡ ਇੰਪਰੂਵ ਕਰ ਜਾਂਦੇ ਮੇਰੇ ਕੋਲ ਜਵਾਕ ਆਣਗੇ ਭਾਅ ਜੀ ਸਰ ਮੈਂ 2 ਵਾਰੀ ਦੇਦਾ ਮੇਰੇ ਤੋਂ ਹੁੰਦਾ ਨਹੀਂ ਮੇਰੀ ਮਾਂ ਪਿਓ ਨੂੰ ਇੱਕ ਸਵਾਲ ਹੈ ਵੀ ਜੇ ਆਪ ਦਾ ਜਵਾਕ ਐਡੇ ਜੋਗਾ ਨਹੀਂ ਕਿ ਉਹ ਬੈਂਡ ਲੈਂਦਾ ਤੁਸੀਂ ਉਹਦੇ ਕਾਹਨੂੰ ਪੈਸੇ ਚੱਕੇ ਭਰੀ ਜਾਂਦੇ ਹੋ ਤੁਸੀਂ ਇੰਨੇ ਪੈਸੇ ਕਾਹਨੂੰ ਭਰੀ ਜਾਂਦੇ ਹੋ ਉਹਦੇ ਸਾਨੂੰ ਤਾਂ ਬਚਪਨ 'ਚ ਯਾਦ ਕਰ ਲਓ ਮੈਂ ਕਹਿੰਦਾ ਬਾਪੂ ਨੇ ਟੋਫੀ ਨਹੀਂ ਲੈ ਕੇ ਦਿੱਤੀ ਉਹਨੇ ਬਗੈਰ ਮਤਲਬ ਦੇ ਜੇ ਕੰਮ ਨਾ ਕਰਿਆ ਹੋਵੇ ਰਾਈਟ ਸੋ ਆਪਾਂ ਜਵਾਕਾਂ ਨੂੰ ਇੰਨਾ ਚੰਬਲਾਈਏ ਨਾ ਕਿ ਕੋਈ ਨਹੀਂ ਪੁੱਤ ਟਰਾਈ ਕਰ ਲੈ ਦੁਬਾਰਾ ਕਿੱਥੇ ਪੜ੍ਹੇਗਾ ਪੜ੍ਹਾਓ
ਆਇਲਸ ਇੰਸਟੀਚਿਊਟ ਦੀ ਤਾਂ ਚੋਣ ਕਰਦੇ ਹੋ, ਨਹੀਂ ਕਿ ਮੇਰੀਆਂ ਆਇਲਸ ਇੰਸਟੀਚਿਊਟ ਆ ਅਤੇ ਮੈਂ ਆਇਲਸ ਨੂੰ ਪ੍ਰਮੋਟ ਕਰਨ ਲੱਗ ਪਿਆ ਉੱਥੇ ਫੀਸ ਲੈਣ ਨੂੰ ਤੁਹਾਡਾ ਮਾਰਾ, ਮੈਂ ਕਹਿ ਰਿਹਾ ਇਹ ਤੁਸੀਂ ਅੰਕੜੇ ਕੱਢ ਲਿਓ, ਜਦੋਂ 18 ਦੇ ਅੰਕੜੇ ਨਿਕਲ ਕੇ ਬਾਹਰ ਆਏ 19 ਦੇ ਐਂਡ 'ਚ, ਤੁਸੀਂ ਆਪ ਗਵਾਹ ਹੋਵੋਗੇ ਵੀ SDS ਨੋਨ SDS ਦਾ ਫਰਕ ਕਿੰਨਾ। ਮਾਂ ਬਾਪ ਦੀ ਵੀ ਨਵਨੀਤ ਜੀ ਮਜਬੂਰੀ ਇਹ ਹੋ ਗਈ ਹੈ ਕਿ ਬੱਚਾ ਅੱਜ ਜੇ ਕਿਸੇ ਨੂੰ ਕੋਈ ਕੌੜਾ ਮਾਂ ਬਾਪ ਬੋਲ ਪਏ ਤਾਂ ਉਹ ਧਮਕੀ ਦੇਣ ਤੱਕ ਜਾਂਦਾ ਕਿ ਮੈਂ ਜਾਨ ਗਵਾ ਦੂੰਗਾ। ਦੂਸਰਾ ਮਾਂ ਪਿਓ ਨੂੰ ਦਿਖਦਾ ਹੈ ਨਵਨੀਤ ਜੀ ਕਿ 20-30 ਸਾਲ ਤੋਂ ਅਸੀਂ ਹੱਡ ਵਾਏ ਪੰਜਾਬ, ਹਾਂ ਬੱਚੇ ਦਾ ਕੁਛ ਸਾਡੀਆਂ ਨਕਾਰਾ ਸਰਕਾਰਾਂ ਬੇਕਾਰ ਸਰਕਾਰਾਂ ਨੇ ਉਜਾੜਤਾ ਪੰਜਾਬ, ਉੱਜੜਿਆ ਪੰਜਾਬ, ਇੱਕ ਪਾਸੇ ਦਿਖ ਨਹੀਂ ਰਿਹਾ ਸਾਨੂੰ, ਇੱਕ ਦਿਖ ਰਿਹਾ ਕਿ ਬੱਚੇ ਬਾਹਰ ਜਾ ਰਹੇ ਨੇ, ਜਿਹੜਾ ਅਸਲ ਉਜਾੜਾ ਹੋਇਆ ਤਾਂ ਸਾਨੂੰ ਦਿਖ ਨਹੀਂ ਰਿਹਾ ਪੰਜਾਬ ਦੇ ਵਿੱਚ। ਭਾਜੀ ਦੂਜੇ ਇੱਥੇ ਮਾਂ ਪਿਓ ਮੇਰੇ ਰਿਕੁਐਸਟ ਹੈ, ਕੈਨੇਡਾ ਦੇ ਵਿੱਚ ਬਹੁਤ ਵੱਡੀ ਬਹੁ ਗਿਣਤੀ ਬੰਦੇ ਦੀ ਲੋੜ ਹੈ ਜਿਹੜਾ ਯੂਨੀਵਰਸਿਟੀ 'ਚ ਪੜ੍ਹੇ। ਪੰਜਾਬ 'ਚ ਯੂਨੀਵਰਸਿਟੀ ਦੀ ਗੱਲ ਨਹੀਂ ਕੀਤੀ ਜਾਂਦੀ, ਪੰਜਾਬ 'ਚ ਬੱਚੇ ਨੂੰ ਯੂਨੀਵਰਸਿਟੀ ਨਹੀਂ ਸਮਝਾਇਆ ਜਾਂਦਾ, ਯੂਨੀਵਰਸਿਟੀ ਦੇ ਵਜ਼ੀਫੇ ਜਾਂ ਸਕੋਲਰਸ਼ਿਪ ਭਾਜੀ ਬਹੁਤ ਵੱਡੇ ਪੱਧਰ 'ਤੇ ਅਵੇਲੇਬਲ ਹੈ, ਅਨਬਿਲੀਵੇਬਲ ਪੱਧਰ 'ਤੇ ਹੈ। ਮੇਰੇ ਕੋਲ $16,000 ਤੱਕ ਦਾ ਸਕੋਲਰਸ਼ਿਪ ਅਵੇਲੇਬਲ ਹੈ। ਹੁਣ ਜੇ ਮੈਂ ਐਡ ਲੈਣੀ ਹੋਵੇ ਤਾਂ ਲਿਖਦਾ ਜੀ $900,000 ਦਾ ਸਕੋਲਰਸ਼ਿਪ ਅਵੇਲੇਬਲ, ਰਾਈਟ? ਚੰਗੇ ਬੱਚੇ ਲਈ ਐਕਚੁਅਲੀ ਅਵੇਲੇਬਲ ਹੈ। ਜਿਹੜਾ ਬੱਚਾ ਹਾਲੇ ਪਲੱਸ ਟੂ ਕਰ ਰਿਹਾ ਉਹ ਆਪਣਾ ਯੂਨੀਵਰਸਿਟੀਜ਼ ਦੀ ਐਪਲੀਕੇਸ਼ਨ ਹੁਣੇ ਪਾਏ, ਟੋਪ ਯੂਨੀਵਰਸਿਟੀਜ਼ ਦੇ ਵਿੱਚ ਬੱਚੇ ਚਾਹੀਦੇ ਨੇ, ਯੂਨੀਵਰਸਿਟੀ ਦਾ ਗ੍ਰੈਜੂਏਟ ਰੇਟ ਬਹੁਤ ਵਧੀਆ, ਯੂਨੀਵਰਸਿਟੀ ਦਾ ਇੰਪਲੋਇਮੈਂਟ ਰੇਟ ਬਹੁਤ ਵਧੀਆ, ਵੇਜ ਰੇਟ ਬਹੁਤ ਵਧੀਆ, ਔਰ ਭਾਜੀ ਆਉਂਦੇ ਹੋਏ ਟਾਈਮ ਜਿਹੜੀ PR ਦੀ ਦਿੱਕਤ ਹੋਣੀ ਹੈ, ਰੇਸ ਪੈਣੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਯੂਨੀਵਰਸਿਟੀ ਵਾਲੇ ਬੱਚੇ ਨੂੰ ਬਹੁਤ ਐਡਵਾਂਟੇਜ ਹੋਣੀ ਹੈ। ਦੂਜੇ ਪਾਸੇ ਬਹੁਤ ਸਾਰੇ ਕਾਲਜਸ ਨੇ ਆਪ ਬੈਚਲਰ ਡਿਗਰੀ ਸ਼ੁਰੂ ਕਰਤੀ ਹੈ, ਇਹ ਇਸ਼ਾਰਾ ਸਮਝੀਏ, ਰਾਈਟ? ਕਿ ਬੈਚਲਰ ਡਿਗਰੀਆਂ ਵਾਲੇ ਇਸ਼ਾਰਾ ਕੈਨੇਡੀਅਨ ਗਵਰਨਮੈਂਟ ਕਿਉਂ ਕਰ ਰਹੀ ਬਾਰ ਬਾਰ? ਦੇਖੋ ਭਾਜੀ, ਅੱਜ ਤੋਂ 5 ਸਾਲ 7 ਸਾਲ 8 ਸਾਲ ਪਹਿਲਾਂ ਅਸੀਂ ਕਈ ਕਾਲਜਾਂ 'ਚ ਅਗਸਤ 'ਚ ਵੀ ਸੀਟ ਲੈ ਲਈ ਸੀ, ਸਪਤੰਬਰ 'ਚ ਫਾਈਲ ਲਾ ਦਿੱਤੀ ਜੀ। ਅੱਜ ਅਸੀਂ September 19 ਦੀ ਗੱਲ ਕਰਦੇ ਹਾਂ ਜਾਂ January 20 ਦੀ ਗੱਲ ਕਰਦੇ ਹਾਂ ਤਾਂ ਸੀਟਾਂ ਕਾਲਜਾਂ ਕੋਲ ਭਰਦੀਆਂ ਦਿਖਦੀਆਂ। ਉਹਨਾਂ ਕੋਲ ਅੱਜ ਤੋਂ ਪਹਿਲਾਂ ਬੱਚਾ ਵੀਕ ਜਾਂਦਾ ਸੀ, ਅੱਜ ਕੁਆਲਿਟੀ ਜਾਣ ਲੱਗ ਪਿਆ। ਮੈਨੂੰ ਜੋ ਲੱਗਦਾ ਆਉਂਦੇ ਹੋਏ 3 ਜਾਂ 4 ਸਾਲ 'ਚ ਜਿਵੇਂ UK 'ਚ ਹੋਇਆ ਸੀ ਕਿ ਬੱਚਾ ਗਿਆ ਹੀ ਯੂਨੀਵਰਸਿਟੀ, ਅੱਜ ਆਸਟ੍ਰੇਲੀਆ 'ਚ ਕੀ ਹੋ ਰਿਹਾ, ਵੈਟ ਸੈਕਟਰ ਨੂੰ ਵੀਜ਼ਾਜ਼ ਨਹੀਂ ਆ ਰਹੇ, ਬੱਚਾ ਐਂਡ ਆਫ ਦ ਯੂਨੀਵਰਸਿਟੀ ਵੀਜ਼ਾ ਹਾਸਲ ਕਰ ਰਿਹਾ, ਨਿਊਜ਼ੀਲੈਂਡ ਨੇ ਕੀ ਕਹਿਤਾ ਬੈਚਲਰ ਕਰੋ ਲੌਂਗ ਟਰਮ ਲੈ ਜਾਓ। ਸੋ ਇੱਕ ਕਲੀਅਰ ਇਸ਼ਾਰਾ ਕੈਨੇਡਾ ਦੇ ਵਿੱਚ ਜਿਹੜੀ ਡਿਗਰੀਆਂ ਨੇ ਉਹ ਹਰ ਸ਼ਹਿਰ 'ਚ ਉਪਲਬਧ ਹੈ ਪ੍ਰੈਕਟੀਕਲੀ, ਰਾਈਟ? ਬਟ ਇੱਥੇ ਆਪਾਂ ਨੂੰ ਥੋੜ੍ਹਾ ਕੇਅਰਫੁਲ ਹੋਣਾ, ਕਈ ਯੂਨੀਵਰਸਿਟੀਜ਼ ਵੀ ਲਾਲਚੀ ਆਉਣਗੀਆਂ ਉਰੇ। ਇਹਨੂੰ ਨਵਨੀਤ ਜੀ ਮੇਰਾ ਥੋੜ੍ਹਾ ਪੁੱਠਾ ਪਾਸਾ ਰੱਖ ਕੇ ਸੋਚੋ ਕਿ ਸਾਨੂੰ ਪੰਜਾਬ ਦੇ ਵਿੱਚ ਖੇਤੀਬਾੜੀ ਮਾਹਿਰਾਂ ਦੀ ਲੋੜ ਹੋਵੇ, ਸਾਡੇ ਕੋਲ ਬੰਗਲਾਦੇਸ਼ ਤੋਂ ਕੋਈ 2 ਮਹੀਨੇ ਦਾ 4 ਮਹੀਨੇ ਦਾ 6 ਮਹੀਨੇ ਦਾ ਕੋਰਸ ਕਰਨ ਆਵੇ ਔਰ ਉਸ ਤੋਂ ਬਾਅਦ ਉਹ ਕਿਸੇ ਕਿਸਾਨ ਕੋਲ ਜਾਵੇ ਨੌਕਰੀ ਲੈਣ ਲਈ, ਉਹਨੂੰ ਤਵੱਜੋ ਦੇਵਾਂਗੇ ਆਪਾਂ? ਜਾਂ ਇੱਕ ਬੰਦਾ ਬੰਗਲਾਦੇਸ਼ ਤੋਂ ਆਇਆ, 4 ਸਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਪੜ੍ਹਿਆ, ਬਿਲਕੁਲ, ਉਸ ਤੋਂ ਬਾਅਦ ਉਹ ਨੌਕਰੀ ਲੈਣ ਜਾਵੇ, ਆਪਾਂ ਕਿਹਨੂੰ ਪ੍ਰਾਇਓਰਟੀ? ਬਰਾਬਰੀ, ਆਪਾਂ ਕਹਿੰਦੇ ਵੀ ਪੰਜਾਬੀ ਵਾਂਗੂ ਛੱਡਦੇ ਵੀ ਸੇਮ ਪੜ੍ਹਾਈ ਕੀਤੀ, ਇਹਨੇ ਸੇਮ ਪੜ੍ਹਾਈ ਕੀਤੀ ਕੰਮ ਕਰੂਗਾ, ਹਾਂ, ਰਾਈਟ? ਸੋ ਯੂਨੀਵਰਸਿਟੀ ਫਿਊਚਰ ਹੈ, ਯੂਨੀਵਰਸਿਟੀ ਫਿਊਚਰ ਹੈ, ਯੂਨੀਵਰਸਿਟੀ ਨੂੰ ਫਿਊਚਰ ਮੰਨ ਕੇ ਚੱਲੋ। ਭਾਜੀ ਮੈਂ ਓਨਟੈਰੀਓ ਦੇ ਉਦਨ ਇੱਕ ਦਿਨ ਯੂਨੀਵਰਸਿਟੀਜ਼ ਦੀ ਗੱਲ ਕਰ ਰਹੇ ਸੀ ਜਿਹੜੇ ਬੱਚਿਆਂ ਨੂੰ ਇੰਡੀਆ ਨੂੰ ਲੈ ਰਹੀ ਹੈ, ਵਾਟਰਲੂ, ਰਾਈਟ? ਟ੍ਰੈਂਟ ਲੈ ਰਹੀ ਹੈ, ਵਿਲਫਿਡ ਲੋਰੀਅਲ ਰੱਜ ਕੇ ਲੈ ਰਹੀ ਹੈ, ਬਰੋਕਸ ਲੈ ਰਹੀ ਹੈ, ਲੋਰੇਸ਼ੀਅਨ ਲੈ ਰਹੀ ਹੈ, ਯੋਕਵਿਲ ਚਲੋ ਛੋਟੀ ਯੂਨੀਵਰਸਿਟੀਆਂ ਦੀ ਉਹ ਵੀ ਲੈ ਰਹੀ ਹੈ, ਰਾਈਟ? ਯੂਨੀਵਰਸਿਟੀ ਆਫ ਟੋਰੋਂਟੋ 'ਚ ਬੱਚੇ ਗਏ, ਯੂਨੀਵਰਸਿਟੀ ਆਫ ਓਟਵਾ 'ਚ ਬੱਚੇ ਗਏ ਹੈ, ਯੂਨੀਵਰਸਿਟੀ ਆਫ ਜਿਹੜੀ ਹੈਗੀ ਆਪਣੀ ਕਿੰਗਸ ਕਾਲਜ, ਯੂਨੀਵਰਸਿਟੀ ਆਫ ਵੈਸਟਰਨ ਓਨਟਾਰੀਓ। ਸੋ ਜੇ ਮੈਂ ਯੂਨੀਵਰਸਿਟੀਆਂ ਗਿਣਨ ਬੈਠਾ ਤਾਂ ਐਡੀ ਯੂਨੀਵਰਸਿਟੀ ਦੀ ਪੰਜਾਬ ਦੇ ਬੱਚੇ ਨੂੰ ਸਕਾਲਰਸ਼ਿਪ ਦੇ ਕੇ ਲੈ ਕੇ ਜਾ ਰਹੇ, ਰਾਈਟ? ਫਿਰ ਵੀ ਬੱਚਾ ਜਾ ਕੇ ਰਾਜੀ ਨਹੀਂ, ਰਾਈਟ? ਬੱਚੇ ਦੇ ਮਨ 'ਚ ਇੱਕ ਧਾਰਨਾ ਹੈ ਕਿ 3 ਸਾਲ ਦਾ ਡਿਪਲੋਮਾ ਕਰ ਲੂੰਗਾ ਜੀ, 2 ਸਾਲ ਦਾ ਡਿਪਲੋਮਾ ਕਰ ਲਾਂਗਾ। ਕਰੋ, ਡਿਪਲੋਮਾ ਸਕਿੱਲਰ ਤਾਂ ਬਚਾ ਦੇਣਗੇ, ਬਟ ਜੇ ਤੁਸੀਂ ਅਕੈਡਮਿਕ ਤੌਰ 'ਤੇ ਅਫੋਰਡ ਕਰ ਸਕਦੇ ਹੋ, ਤੁਹਾਡੀ ਪੜ੍ਹਾਈ ਚੰਗੀ ਹੈ, ਮਾਂ ਪਿਓ ਕੋਲ 2 ਰੁਪਈਏ ਮਿਹਨਤ ਕਰਕੇ ਉਹਨਾਂ ਨੇ ਕਮਾਏ ਹੈ ਕਿ ਤੁਹਾਡਾ ਫਿਊਚਰ ਕਲਰਫੁੱਲ ਹੋਵੇ, ਤੁਹਾਡਾ ਸਟਰੋਂਗ ਹੋਵੇ, ਰਾਈਟ? ਅਤੇ 4 ਪੈਸੇ ਆਪਾਂ ਲਾ ਕੇ ਜੇ ਚੰਗੀ ਪੜ੍ਹਾਈ ਕਰ ਲਾਂਗੇ। ਭਾਅ ਜੀ ਇੱਕ ਬੜਾ ਕਲੀਅਰ ਕੁਸ਼ਚਨ ਦਾ ਆਂਸਰ ਹੈ, ਮੇਰੇ ਕੋਲ ਇੱਕ ਬੱਚਾ ਬੈਠਾ ਕਹਿੰਦਾ ਸਰ ਨੌਕਰੀ ਉਹਨੇ ਵੀ ਕਰਨੀ, ਨੌਕਰੀ ਮੈਂ ਵੀ ਕਰਨੀ। ਮੈਂ ਕਿਹਾ ਭਰਾ ਮੇਰਾ, ਨੌਕਰੀ ਮੈਂ ਵੀ ਕਰਦਾ ਅਤੇ ਨੌਕਰੀ ਇੱਕ IPS ਅਫਸਰ ਵੀ ਕਰਦਾ, ਨੌਕਰੀ 'ਚ ਬਹੁਤ ਫਰਕ ਹੈ, ਰਾਈਟ? ਯੂਨੀਵਰਸਿਟੀਜ਼ ਦੀ ਜਿਹੜੀ ਐਵਰੇਜ ਵੇਜ ਰੇਟ ਸਟਾਰਟ ਹੁੰਦੀ ਨਾ ਭਾਜੀ, ਉਹ $50,000 ਤੋਂ ਉੱਪਰ ਲਗਭਗ, ਇਸ ਤੋਂ ਥੱਲੇ ਕੋਈ ਬੱਚਾ ਹੀ ਨਹੀਂ ਆਉਂਦਾ। ਬਿਲਕੁਲ, ਸਾਡੇ ਕੋਲ 80-80 ਹਜ਼ਾਰ ਵਾਲੇ, ਪਰ ਮੈਂ TV 'ਤੇ ਨਹੀਂ ਬੋਲਦਾ, 50-60 ਹਜ਼ਾਰ ਤੋਂ ਸ਼ੁਰੂ ਹੁੰਦਾ, ਕਾਲਜ ਵਾਲੇ ਬੱਚੇ ਸਾਰੇ ਗਵਾਹ ਵੀ ਕਿੱਥੋਂ ਵੇਜ ਰੇਟ ਸ਼ੁਰੂ ਹੁੰਦਾ। ਜਿਹੜਾ ਬੱਚਾ ਯੂਨੀਵਰਸਿਟੀ 'ਚ ਰੇਟ ਹੈ 8-8 'ਤੇ ਕੁੱਟੀ ਜਾਂਦੇ ਨੇ, ਬੜੀ ਪੰਜਾਬੀ 'ਚ ਗੱਲ ਹੈ। ਅੱਛਾ ਭਾਜੀ, ਫਿਰ ਯੂਨੀਵਰਸਿਟੀ ਦੇ ਵਿੱਚ ਕੋਆਪ ਪ੍ਰੋਗਰਾਮਸ ਨੇ, ਤੁਸੀਂ ਘੱਟੋ ਘੱਟ 4 ਵਾਰੀ ਜਾ ਕੇ 5-6 ਵਾਰੀ ਇੰਡਸਟਰੀ 'ਚ ਕੰਮ ਕਰਕੇ ਆਉਂਦੇ, ਔਰ ਪੂਰੀ ਉਮੀਦ ਹੁੰਦੀ ਕਿ ਤੁਸੀਂ ਜਿੱਥੇ 6 ਵਾਰੀ 1 ਵਾਰੀ ਕੰਮ ਕੀਤਾ ਹੋਵੇ ਤਾਂ ਤੁਸੀਂ ਉੱਥੇ ਜੋਬ ਹਾਸਲ ਕਰਨ ਦੀ ਕਾਬਲੀਅਤ ਰੱਖਦੇ। ਸੋ ਯੂਨੀਵਰਸਿਟੀਜ਼ ਵੱਲ ਝੁਕਾਵ ਕਰੋ ਜੇ ਕਰ ਸਕਦੇ ਹੋ, ਅਕੈਡਮਿਕਲੀ ਅਤੇ ਫਾਈਨੈਂਸ਼ਲੀ ਅਫੋਰਡ। ਜੀ, ਜਿਹੜੀ ਨਵਨੀਤ ਜੀ ਨੇ ਗੱਲ ਕੀਤੀ ਹੈ ਯੂਨੀਵਰਸਿਟੀਆਂ ਦੀ R&D ਨਹੀਂ ਹੋ ਰਹੀ ਪੰਜਾਬ ਦੇ ਵਿੱਚ, ਪਿਛਲੇ ਸਾਲ 2017 ਦੇ ਵਿੱਚ 2 ਵਾਰ ਕੈਨੇਡਾ ਲਗਾਤਾਰ ਜਾਣ ਦਾ ਮੌਕਾ ਮਿਲਿਆ, ਟੋਰਾਂਟੋ ਤੋਂ
ਸਵਾ ਕੁ ਸੌ ਕਿਲੋਮੀਟਰ ਦੂਰੀ 'ਤੇ ਇੱਕ ਗਲਫ ਸ਼ਹਿਰ ਵੀ ਹੈ, ਗਲਫ ਦੇ ਨਾਮ 'ਤੇ ਯੂਨੀਵਰਸਿਟੀ ਆਫ ਗਲਫ ਵੀ। ਯੂਨੀਵਰਸਿਟੀ ਦੇ ਵਿੱਚ ਸਾਨੂੰ ਤਿੰਨ ਬੱਚੇ ਮਿਲੇ, ਮੈਂ ਸ਼ਾਮ ਨੂੰ ਘੁੰਮਣ ਗਿਆ ਉੱਥੇ, ਬੱਚੇ ਮਿਲੇ ਅਤੇ ਬੱਚਿਆਂ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਕਿ ਇੱਥੇ ਐਗਰੀਕਲਚਰ ਦਾ ਕੋਰਸ ਪੜ੍ਹ ਰਹੇ ਹਾਂ, ਬੱਚੇ ਪੰਜਾਬ ਦੇ ਭੇਜੇ, ਪੰਜਾਬ ਤੋਂ ਨੇ ਨਵਨੀਤ ਜੀ, ਦਿੱਲੀ ਦੇ ਕਿਸੇ ਕੰਸਲਟੈਂਟ ਨੇ। ਮੈਂ ਗਲਫ ਯੂਨੀਵਰਸਿਟੀ 'ਚ ਬੱਚਾ 2012 or 2011 'ਚ ਭੇਜੇ ਸੀ ਪੀਯੂ ਦੇ ਗ੍ਰੈਜੂਏਟ, ਪਹਿਲੀ ਵਾਰੀ ਦੋ ਮੁੰਡੇ, ਰਾਈਟ, ਨੋਨ ਕੰਟਰੈਕਟਡ ਯੂਨੀਵਰਸਿਟੀ ਸੀ, ਮੈਨੂੰ ਤਾਂ ਪੈਸੇ ਨਹੀਂ ਸੀ ਆਉਣੇ ਪਰ ਤਾਂ ਵੀ ਭੇਜੇ ਸੀ, ਰਾਈਟ। ਗਲਫ ਇਜ਼ ਵਨ ਆਫ ਦ ਸਟਰੋਂਗੈਸਟ ਯੂਨੀਵਰਸਿਟੀਜ਼ ਵੈਨ ਇਟ ਕਮਸ ਟੂ ਐਗਰੀਕਲਚਰ ਪ੍ਰੋਗਰਾਮ। ਰਣਬੀਰ ਭਾਅ ਜੀ, ਮੇਰੇ ਕੋਲ ਇੱਕ ਯੂਨੀਵਰਸਿਟੀ ਹੋਰ ਆਈ ਹੈ ਜਿਹਦੇ 'ਚ ਸਾਡੇ ਕੋਲ ਮਾਸਟਰਜ਼ ਇਨ ਕੰਪੀਟੀਸ਼ਨਲ ਸਾਇੰਸ ਵੀ ਹੈ, ਰਾਈਟ। ਯੂਨੀਵਰਸਿਟੀਜ਼ ਐਮ ਬੀ ਏ ਉਹ ਵੀ ਆਈ ਹੈ ਜਿੱਥੇ ਤੁਸੀਂ 3 years ਦੀ ਬੀ ਕੌਮ ਤੋਂ ਬਾਅਦ ਵੀ ਕਰ ਸਕਦੇ ਹੋ। ਮਾਸਟਰਜ਼ ਇਨ ਐਜੂਕੇਸ਼ਨ ਦੇ ਪ੍ਰੋਗਰਾਮ ਵੀ ਆਏ ਹੈ, ਸਪੈਸ਼ਲ ਨੀਡਸ ਵੀ ਆਏ ਹੈ, ਚਿਲਡਰਨ ਵੀ ਆਈ ਹੈ, ਜੈਨੇਟੋਲੋਜੀ ਦੀ ਮਾਸਟਰਸ ਵੀ ਆਈ ਹੈ। ਪ੍ਰੋਗਰਾਮ ਦੀ ਥੋਟ ਨਹੀਂ ਹੈ, ਪ੍ਰੋਬਲਮ ਕੀ ਹੈ ਏਜੰਟਾਂ ਦੀ। ਹੁਣ ਮੇਰੇ ਵਰਗੇ ਨੇ ਯੂਨੀਵਰਸਿਟੀ ਕਹੀ, ਮੇਰੇ ਵਰਗੇ ਨੇ ਕਹਿਣਾ ਭਾਈ ਇਹ ਕਾਗਜ਼ ਤਿਆਰ ਕਰ, ਦੂਜੇ ਕੋਲ ਗਏ, ਦੂਜੇ ਬਗਲੇ ਭਗਤ ਨੇ ਕਹਿਣਾ ਭਾਈ ਮੇਰੇ ਹਜੇ ਤਾਂ ਉਲਝਾਈ ਜਾਂਦਾ ਤੈਨੂੰ, ਤੈਨੂੰ ਮੈਂ ਫਲਾਣਾ ਕਾਲਜ ਆਪਣਾ ਪ੍ਰਾਈਵੇਟ ਹੈ, 4 days 'ਚ ਔਫਰਾਂ ਨਹੀਂ, ਕਿਸ ਤਰ੍ਹਾਂ SDS ਹੈ, ਮੁੜ ਕੇ ਅਗਲੇ ਸਾਲ ਜਾ ਕੇ ਦੂਈ ਥਾਂ ਪੜ੍ਹ ਲਈ, ਐਂ ਕਰ ਲਈ, ਉਹ ਬੱਚਾ ਖਰਾਬ ਹੋ ਜਾਣਾ ਜੀ। ਨਵਨੀਤ ਜੀ, ਆਸਟ੍ਰੇਲੀਆ ਦੇ ਵਿੱਚ ਇੱਕ ਬੱਚਿਆਂ ਦਾ ਕੁਐਸਚਨ ਆਇਆ, ਸਪੈਸ਼ਲੀ ਕਿ ਅਸੀਂ ਗੱਲ ਕਰਦੇ ਹਾਂ ਜਰਨਲ ਨਰਸਿਸ ਦੀ, ਗੱਲ ਨਹੀਂ ਕਰਦੇ ਕੁਛ ਜੀ। ਭਾਅ ਜੀ, ਆਸਟ੍ਰੇਲੀਆ ਦੇ ਵਿੱਚ ਜਿਹੜੇ ਆਪਾਂ ਕੁਛ ਬੀਤੇ ਦਿਨ ਚੇਂਜਸ ਆਏ, 457 ਬੰਦ ਹੋਇਆ, ਬ੍ਰਿਜਿੰਗ ਵੀਜ਼ਾਸ ਦੇ ਵਿੱਚ ਚੇਂਜ ਆਇਆ, ਉੱਥੇ ਇੱਕ ਨਰਸਿਸ ਲਈ ਓਪਰਚੁਨਿਟੀ ਆ ਗਈ, ਰਾਈਟ। ਨਰਸਿਸ ਲਈ ਪ੍ਰੈਪਰੇਟਰੀ ਪ੍ਰੋਗਰਾਮ ਨੇ 1 year ਦੇ, ਰਾਈਟ, ਜਿਹਦੇ 'ਚ ਤੁਸੀਂ ਰਿਕੁਆਇਰਮੈਂਟ ਚਾਹੇ GNM ਹੈ ਚਾਹੇ BSc ਹੈ ਭਾਅ ਜੀ, ਰਾਈਟ, ਪੋਸਟ ਗ੍ਰੈਜੂਏਟ ਪ੍ਰੋਗਰਾਮ ਹੈ ਜਿਹਦੇ 'ਚ ਸਪਾਊਸ ਨਾਲ ਜਾ ਸਕਦਾ, ਸਪਾਊਸ ਨੂੰ ਨਾਲ ਕੰਮ ਕਰਨ ਦੇ ਅਖਤਿਆਰਾਤ ਨੇ, ਅੱਗੇ ਬ੍ਰਿਜਨ ਕਰਕੇ ਤੁਸੀਂ ਫਿਊਚਰ ਆਪਦਾ ਦੇਖਣਾ, ਉਹਦੇ 'ਚ ਗੱਲ ਵੱਖਰੀ ਹੈ। 6 bands ਓਵਰਆਲ ਵਿਦ ਨੋ ਲੈਸ ਦੈਨ 5.5, ਇੱਕੋ ਪ੍ਰੋਬਲਮ ਹੈ, ਤਜਰਬਾ ਹੋਣਾ ਲਾਜ਼ਮੀ ਹੈ। ਸੋ ਬਹੁਤ ਸਾਰੀਆਂ, ਘੱਟੋ ਘੱਟ 2-4 years ਤੋਂ ਲੈ ਕੇ 8-9 years ਤੱਕ ਦਾ ਤਜਰਬਾ ਐਕਸੈਪਟੇਬਲ ਹੈ, ਕਿਉਂਕਿ ਤੁਸੀਂ ਜਾ ਕੇ ਪੋਸਟ ਗ੍ਰੈਜੂਏਟ ਕਰਕੇ ਕਹਿ ਰਹੇ ਹੋ ਕਿ ਮੈਂ ਬ੍ਰਿਜਿੰਗ ਕਰਕੇ ਉੱਥੇ ਐਜ਼ ਅ ਨਰਸ ਕੰਮ ਕਰਨਾ ਚਾਹੁੰਦੀ ਹਾਂ, ਰਾਈਟ। ਸੋ ਤੁਸੀਂ ਕਲੀਅਰ ਮੈਨਸ਼ਨ ਕਰਕੇ ਜਾਂਦੇ ਹੋ ਆਪਦੀ SOP ਦੇ ਵਿੱਚ। ਸੋ ਮੇਰਾ ਖਿਆਲ GNM ਲੜਕੀਆਂ ਲਈ ਅਤੇ BSc ਲੜਕੀਆਂ ਲਈ ਉਹ ਪ੍ਰੋਗਰਾਮ ਬਹੁਤ ਐਪਟ ਆਉਂਦਾ, ਰਾਈਟ। ਸੋ 6.5 ਓਵਰਆਲ ਵਿੱਚ 5.5 ਹੋਣ, ਸਪਾਊਸ ਕੰਮ ਕਰ ਸਕਦਾ, ਮੇਰਾ ਖਿਆਲ ਇਸ ਤੋਂ ਵਧੀਆ ਪ੍ਰੋਗਰਾਮ ਨਰਸਿਸ ਲਈ ਤਾਂ ਨਹੀਂ ਨਿਕਲ ਕੇ ਆ ਸਕਦਾ। ਕੁਛ ਵਿਦਿਆਰਥੀ ਜੀ ਜਿਨ੍ਹਾਂ ਨੇ ਗੋਗਲ ਦੇ ਥਰੂ ਵੀਜ਼ਾ ਲਵਾਇਆ, ਮੈਂ ਹਰ ਵਾਰ ਕਹਿੰਦਾ ਕਿ ਵੀਡੀਓਜ਼ ਕੋਈ ਪ੍ਰਮੋਸ਼ਨਲ ਨਹੀਂ ਹੁੰਦੀ, ਇਹ ਵੀਡੀਓਜ਼ ਤੁਹਾਨੂੰ ਹੌਸਲਾ ਦਿੰਦੀ ਹੈ ਕਿ ਮੇਰੇ ਬੈਂਡ, ਮੇਰੇ ਜਿੰਨੇ ਪਰਸੈਂਟੇਜ ਵਾਲਾ ਵਿਅਕਤੀ ਇੱਕ ਕੈਨੇਡਾ ਜਾ ਰਿਹਾ, ਜ਼ਰੂਰੀ ਨਹੀਂ ਕਿ ਤੁਸੀਂ ਉਹੀ ਕੰਸਲਟੈਂਟਸ ਨੂੰ ਚੁਣਨਾ, ਉਹਨਾਂ ਦਾ ਤਜਰਬਾ ਸੁਣੋ, ਐਕਸਪੀਰੀਅੰਸ ਸੁਣੋ, ਉਹਨਾਂ ਦੀ ਸਰਵਿਸਿਸ ਦੇਖੋ, ਜੇ ਵਧੀਆ ਲੱਗਦਾ ਚੁਣੋ ਵੀ ਜ਼ਰੂਰ, ਕੋਈ ਮਾੜੀ ਗੱਲ ਨਹੀਂ ਹੈ। ਬਟ ਘੱਟੋ ਘੱਟੀ ਇੱਕ ਸਟੂਡੈਂਟ ਦੀ ਗੱਲ ਸੁਣੋ ਕਿ ਉਹ ਵਿਚਾਰਾ ਕਿੱਥੇ ਸੀ ਔਰ ਕਿਵੇਂ ਉਹਦਾ ਵੀਜ਼ਾ ਲੱਗਿਆ, ਹੋ ਸਕਦਾ ਤੁਸੀਂ ਘਰਾਂ ਦੇ ਵਿੱਚ ਨਿਰਾਸ਼ ਬੈਠੇ ਹੋ, ਉਸ ਚੀਜ਼ ਨਾਲ ਤੁਹਾਨੂੰ ਕੋਈ ਪ੍ਰਭਾਵਿਤ ਹੋ ਕੇ ਕਿਸੇ ਤਰ੍ਹਾਂ ਦਾ ਨਵਾਂ ਰਸਤਾ ਜ਼ਿੰਦਗੀ ਦੇ ਵਿੱਚ ਲੱਭ ਸਕੇ। ਕੁਛ ਵਿਦਿਆਰਥੀ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜਿਹੜੇ ਅਵੇਅਰਨੈਸ ਕੈਂਪ ਕਹਿ ਲਓ, ਐਜੂਕੇਸ਼ਨ ਫੇਅਰ ਕਹਿ ਲਓ, ਕੁਛ ਵੀ ਹੈ, ਗੂਗਲ ਵੱਲੋਂ ਬੁਲਾਏ ਜਾ ਰਹੇ ਨੇ, ਅਤੇ ਨਾਲੋਂ ਨਾਲ ਉਹਨਾਂ ਵਿਦਿਆਰਥੀਆਂ ਦੇ ਕੁਐਸਚਨ ਦੇ ਆਨਸਰ ਜਿਨ੍ਹਾਂ ਨੇ ਕਿਹਾ ਕਿ ਅਸੀਂ ਯੂਰਪ ਦੇ ਵਿੱਚ ਸਾਈਪ੍ਰੈਸ ਜੇ ਜਾਣਾ ਹੋਵੇ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਇਹਨਾਂ ਵੀਡੀਓਜ਼ ਤੋਂ ਬਾਅਦ। ਟੂਡੇ ਆਈ ਐਮ ਵੈਰੀ ਹੈਪੀ, ਆਈ ਗੋਟ ਅ ਵੀਜ਼ਾ ਫਰੋਮ ਗੋ ਗਲੋਬਲ ਕੰਸਲਟੈਂਟਸ, ਦੇ ਅਪਲਾਈਡ ਮਾਈ ਵੀਜ਼ਾ ਫੋਰ CNC ਕਾਲਜ, ਆਈ ਗੋਟ ਵੀਜ਼ਾ ਵਿਦ ਇਨ 15 days, ਮਾਈ ਕੰਸਲਟੈਂਟ ਨੇਮ ਇਜ਼ ਮੀਨਾਕਸ਼ੀ, ਸ਼ੀ ਇਜ਼ ਅ ਵੈਰੀ ਗੁੱਡ ਟੀਚਰ ਆਫ ਗੋ ਗਲੋਬਲ, ਐਂਡ moreover there are so many other teachers who helped me in getting my visa. The names are Meenakshi, Sharmila ma'am, Bindu ma'am and Sonia ma'am. They all put an efforts in my file. I got a visa with a 6.5 overall band score. Thank you everybody. Mera naam Ramandeep hai te main Ambali to aayi si te I have scored 7.5 bands in IELTS and I have 95% in my plus 2 exams and 10 CGPA in 10th exams. And I was very scared about my visa and all. So, I believe in Go Global Consultant and he has been really very good and nice with me. And now I got my visa and really very excited. And I would like to thank Go Global Consultant team and all. Thank you. Hello friends, my name is Mukul. I had 2012 apni BTech complete ki thi. Ude baad mere paas 5 years da working experience hai. ਅਤੇ ਮੈਂ ਸਟੱਡੀ ਵੀਜ਼ਾ ਵਾਸਤੇ ਬਹੁਤ ਸਾਰੇ ਕੰਸਲਟੈਂਟਸ ਕੋਲ ਗਿਆ ਬਟ ਸਭ ਨੇ ਮੈਨੂੰ ਮਨ੍ਹਾ ਕਰ ਦਿੱਤਾ ਅਤੇ ਲਾਸਟ 'ਚ ਮੈਂ ਗੋ ਗਲੋਬਲ ਕੰਸਲਟੈਂਟਸ ਕੋਲ ਆਇਆ ਅਤੇ ਇਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਵੀਜ਼ਾ ਲੈਣ 'ਚ ਅਤੇ ਮੈਨੂੰ ਗਾਈਡ ਕੀਤਾ ਕਿ ਮੈਨੂੰ ਅੱਗੇ ਕਿਹੜੇ ਕੋਰਸ ਜਾਣਾ ਚਾਹੀਦਾ ਅਤੇ ਮੇਰੇ 6 bands ਈਚ 6 overall ਮੇਰਾ IELTS ਕੋਰਸ ਸੀਗਾ ਅਤੇ ਉਹਦੇ ਬਾਵਜੂਦ ਵੀ ਜਿਹੜਾ ਮੇਰਾ ਵੀਜ਼ਾ ਹੈ ਅੱਜ ਮੈਨੂੰ ਮਿਲ ਚੁੱਕਾ ਅਤੇ ਮੈਂ ਗੋ ਗਲੋਬਲ ਦੀ ਟੀਮ ਦਾ ਬਹੁਤ ਥੈਂਕਸ ਕਰਦਾ ਕਿ ਇਹਨਾਂ ਨੇ ਮੈਨੂੰ ਵੀਜ਼ਾ ਲੈਣ 'ਚ ਬਹੁਤ ਜ਼ਿਆਦਾ ਹੈਲਪ ਕੀਤੀ ਅਤੇ ਸਭ ਨੂੰ ਰਿਕਮੈਂਡ ਕਰਦਾ ਕਿ ਗੋ ਗਲੋਬਲ ਕੋਲ ਹੀ ਆਪਣੀ ਫਾਈਲ ਨੂੰ ਪ੍ਰੋਸੈਸ ਕਰਾ। ਥੈਂਕ ਯੂ।
Hello, my name is Dhruvi Singh. I have recently done my IELTS by Go Global. My overall band is 6.5. Go Global has make me able to believe that I can achieve everything. So recently I got my Canada visa. So I'm very happy with this institute and it helped me very well in my life. ਸੋ ਇੱਕ ਵਾਰ ਹਾਜ਼ਰ ਹਾਂ ਜੀ, ਇੱਕ ਵਾਰ ਫਿਰ ਵੀਡੀਓ ਤੋਂ ਬਾਅਦ ਨਵਨੀਤ ਜੀ, ਪਹਿਲਾਂ ਤਾਂ ਆਪਾਂ ਦੱਸ ਦਈਏ ਕਿ 30, 31, 4 ਫਰਵਰੀ ਨੂੰ ਤਿੰਨ ਨੂੰ ਮੇਰੇ ਖਿਆਲ ਐਤਵਾਰ ਹੈ ਜੀ, ਚੰਡੀਗੜ੍ਹ ਜੀ। ਪਹਿਲਾਂ 30 ਨੂੰ ਮੋਗਾ ਜੀ, 31 ਨੂੰ ਅੰਮ੍ਰਿਤਸਰ ਸਾਹਿਬ ਹੈ, 1 ਨੂੰ ਜਲੰਧਰ ਹੈ, 2 ਨੂੰ ਲੁਧਿਆਣਾ, 4 ਨੂੰ ਬਠਿੰਡਾ ਅਤੇ 5 ਨੂੰ ਸੰਗਰੂਰ ਦੇ ਵਿੱਚ ਜਿਹੜੇ ਵਿਦਿਆਰਥੀ ਰਿਫਿਊਜ਼ ਹੋ ਗਏ 18 'ਚ ਜਾਂ 19 'ਚ ਪੇਪਰ ਦੇ ਕੇ ਜਾਣਾ, ਉਹ ਆਪਣੀਆਂ ਆਪਣੀਆਂ ਜਿਹੜੀਆਂ ਸ਼ਰਤਾਂ ਨੇ, ਕਾਗਜ਼ ਨੇ, ਕਿਹੜੇ ਕਿਹੜੇ ਹੋਣਗੇ, ਉਹਨਾਂ ਬਾਰੇ ਜਾਣਕਾਰੀ ਜਿਹੜੀ ਹੈਗੀ ਨਾ ਸੈਮੀਨਾਰਾਂ 'ਚ ਲੈ ਸਕਦੇ ਨੇ। ਨਵਨੀਤ ਜੀ, ਇਸ ਤੋਂ ਇਲਾਵਾ ਬਹੁਤ ਸਾਰੇ ਬੱਚੇ ਪੁੱਛ ਰਹੇ ਨੇ ਕਿ ਸਾਈਪ੍ਰੈਸ ਜੇ ਅਸੀਂ ਜਾਈਏ, ਹਾਂਜੀ, ਤਾਂ ਸਾਨੂੰ ਹਰ ਕੰਸਲਟੈਂਟਸ ਨੂੰ ਇਹ ਕੁਐਸਚਨ ਜ਼ਰੂਰ ਪੁੱਛੋ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖੋ। ਭਾਅ ਜੀ, ਸਾਈਪ੍ਰੈਸ ਦੇ ਵਿੱਚ ਪਹਿਲਾਂ ਤਾਂ ਉਲਝਾਇਆ ਜਾਊਗਾ ਪੈਕੇਜ 'ਚ 2.5 ਲੱਖ, 3 ਲੱਖ, 3.5 ਲੱਖ, 4 ਲੱਖ, 5 ਲੱਖ, 6 ਲੱਖ, ਸਾਰੇ ਚੰਗੇ ਸਾਰੇ ਮਾੜੇ। ਪਹਿਲੀ ਚੀਜ਼ ਤੁਸੀਂ ਧਿਆਨ ਰੱਖਣੀ ਹੈ ਕਿ ਸਾਈਪ੍ਰੈਸ 'ਚ ਕਾਲਜ ਦੀ ਕੁਆਲਿਟੀ ਕੀ ਹੈ, ਕੀ ਮੇਰਾ ਕਾਲਜ ਦੇ ਯੁੱਗ ਹੈ ਜਿਹਦੇ ਆਧਾਰ 'ਤੇ ਮੈਨੂੰ ਪਿੰਕ ਸਲਿੱਪ ਮਿਲ ਜੂ, ਕੀ ਮੇਰੇ ਕਾਲਜ ਦੀ ਕ੍ਰੈਡੀਬਿਲਿਟੀ ਇੰਨੀ ਕੁ ਹੈ ਕਿ ਜਦੋਂ ਮੈਨੂੰ ਵਰਕ ਰਾਈਟ ਮਿਲਣਗੇ ਕਿ ਇਹਨੂੰ ਕੋਈ ਸੀਰੀਅਸ ਕਾਲਜ ਮੰਨਦਾ ਹੋਊਗਾ, ਕੀ ਮੈਂ ਉੱਥੇ ਪੜ੍ਹ ਕੇ ਕੱਲ੍ਹ ਨੂੰ ਆਪਣਾ 1-2 ਸਾਲ ਦਾ ਗੈਪ ਕਵਰ ਕਰਕੇ ਕਿਤੇ ਅੱਗੇ ਫਿਊਚਰ ਬਣਾ ਸਕਦਾ। ਦੂਜੀ ਗੱਲ ਇਹ ਪੱਲੇ ਬਣ ਕੇ ਜਾਇਓ ਵੀ ਸਾਈਪ੍ਰਸ 'ਚ ਜਾਂਦੇ ਸਾਰ ਵਰਕ ਰਾਈਟਸ ਨਹੀਂ ਹੈ, ਬੜੇ ਸਾਰੇ ਭਾਅ ਜੀ, ਮੈਂ ਪ੍ਰੈਕਟੀਕਲੀ ਬੱਚੇ ਨੂੰ ਕਹਿੰਦਾ ਵੀ 6 ਮਹੀਨੇ ਸੋਚ ਕੇ ਜਾਂ, ਤੇਰੇ ਕੋਲ ਕੰਮ ਨਹੀਂ ਹੈ। ਅਸੀਂ ਸਿੰਗਾਪੁਰ ਬੱਚਾ ਭੇਜਦੇ ਸੀ, 6 ਮਹੀਨੇ ਕੰਮ ਨਹੀਂ ਨਾ ਕਰਦਾ ਸੀ। ਬੱਚੇ ਨੂੰ ਇਹ ਸੋਚ ਕੇ ਜਾਣਾ ਜ਼ਰੂਰੀ ਹੈ ਕਿ ਉਹ ਸਾਈਪ੍ਰਸ ਤਾਂ ਜਾ ਰਿਹਾ ਕਿ ਉਹਦਾ ਕੈਨੇਡਾ ਨਹੀਂ ਹੋ ਰਿਹਾ। ਸੋ ਸਾਈਪ੍ਰਸ ਮੇਰੇ ਲਈ ਘੁੰਮਣ ਲਈ ਤਾਂ ਕੈਨੇਡਾ ਜਿਹਾ ਵਧੀਆ ਹੋ ਸਕਦਾ, ਪਰ ਤੁਹਾਡੇ ਲਈ ਕੈਨੇਡਾ ਜਿਹਾ ਕਮਾਈ ਨੂੰ, ਕੰਮ ਨੂੰ ਉਸ ਪਾਸਿਓਂ ਨਹੀਂ ਹੈ। ਬਟ ਦੂਜੇ ਪਾਸੇ ਭਾਅ ਜੀ, ਜਿਹਦਾ ਕਿਤੇ ਨਹੀਂ ਹੋ ਰਿਹਾ, ਸ਼ਾਇਦ ਲਾਈਫ ਦੇ ਵਿੱਚ ਉਹ ਕੁਛ 6 ਮਹੀਨੇ, 1-2, 4 ਸਾਲ ਰਹਿ ਕੇ ਉੱਥੇ ਇੱਕ ਲਾਈਫ ਦੀ ਵਡਮੁੱਲੀ ਅਕਲ ਲੈ ਲਵੇ, ਜਿਹਦੇ ਆਧਾਰ 'ਤੇ ਚਾਹੇ ਉੱਥੇ ਪੱਕਾ ਹੋ ਜਾਵੇ ਚਾਹੇ ਇੱਥੇ ਵਾਪਸ ਆ ਕੇ ਆਪਣੀ ਜ਼ਿੰਦਗੀ ਨੂੰ ਕੋਈ ਸਫ਼ਰ ਸੰਭਾਲ ਰੱਖੇ। ਸੋ ਸਾਈਪ੍ਰਸ ਭੇਜਣ ਵਾਲੇ ਹਰ ਵਾਅਦੇ ਦਾ ਧਿਆਨ ਰੱਖਣਾ ਕਿ ਤੁਹਾਡੀ ਅਕੋਮੋਡੇਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ, ਤੁਹਾਡੀ ਪਿਕਅਪ ਹੋ ਰਹੀ ਕਿ ਨਹੀਂ ਹੋ ਰਹੀ, ਤੁਹਾਨੂੰ ਪਿੰਕ ਸਲਿੱਪ 'ਚ ਅਸਿਸਟੈਂਸ ਹੋ ਰਹੀ ਹੈ ਕਿ ਨਹੀਂ ਹੋ ਰਹੀ। ਉਸ ਤੋਂ ਬਾਅਦ ਕਾਲਜ ਚੱਲ ਕਿਵੇਂ ਰਿਹਾ ਹੈ, ਇਹ ਤਾਂ ਹੈ ਨਹੀਂ ਵੀ ਕਾਲਜ 'ਚ ਬੱਚਾ ਜਾਏ ਨਾ ਜਾਏ, ਲੈਕਚਰ ਪੈਸੇ ਦੇ ਕੇ ਪੂਰੇ ਹੋ ਰਹੇ ਹੈ, ਕਿਉਂਕਿ ਇਹ ਸਿੰਗਾਪੁਰ 'ਚ ਵੀ ਹੋਇਆ ਸੀ, UK 'ਚ ਵੀ ਹੋਇਆ ਸੀ, ਨਤੀਜਾ ਸਾਨੂੰ ਸਭ ਨੂੰ ਪਤਾ ਮੁੜ ਕੇ ਕੀ ਨਿਕਲ ਕਿਹੜਾ ਇਨਟੇਕ ਜਾਏਗਾ ਭਾਅ ਜੀ। ਮਾਰਚ ਵੀ ਆ, ਹਰ 2 ਮਹੀਨੇ ਬਾਅਦ ਇਨਟੇਕ ਆ ਪ੍ਰੈਕਟੀਕਲੀ ਸਾਈਪ੍ਰਸ ਦਾ ਹੁਣ। ਸੋ ਫਾਈਲਾਂ ਤੁਹਾਨੂੰ ਫਰਵਰੀ 'ਚ ਲਾਉਣੀਆਂ ਪੈਣੀਆਂ, ਕਿਉਂਕਿ ਪ੍ਰੋਸੈਸ ਥੋੜ੍ਹਾ ਜਿਹਾ ਲੰਬਾ ਹੈਗਾ ਜੀ। ਸੋ ਬਹੁਤ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਰਣਬੀਰ ਭਾਅ ਜੀ। ਸਾਡਾ ਸ਼ੋਅ ਇੱਥੇ ਖਤਮ ਕਰ ਰਹੇ ਹਾਂ, ਸਵਾਦੇ ਦੇ ਨਾਲ ਕਿ ਅਗਲੇ ਹਫ਼ਤੇ ਹੋਰ ਨਵੀਆਂ ਗੱਲਾਂ ਲੈ ਕੇ ਆਵਾਂਗੇ। ਤੁਸੀਂ ਸਾਡੀਆਂ ਜਿੰਨੀਆਂ ਵੀਡੀਓਜ਼ ਨੇ, ਨਵੀਆਂ ਅਪਡੇਟਸ ਨੇ, ਨਿਊਜ਼ ਨੇ, ਵਿਦੇਸ਼ਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਖਬਰ ਤੁਹਾਡੇ ਲਈ ਆਉਂਦੀ ਹੈ, ਵੀਜ਼ਾ ਅਪਡੇਟ ਦੀ ਆਉਂਦੀ ਹੈ, ਇਮੀਗ੍ਰੇਸ਼ਨਸ ਦੀ ਆਉਂਦੀ ਹੈ, ਇਨਵੈਸਟਮੈਂਟ ਦੀ, ਟੂਰਿਸਟ ਵੀਜ਼ਾ, ਕੋਈ ਵੀ ਹੋਵੇ, ਉਹ ਅਸੀਂ ਆਪਣੇ ਦੇਸ਼ ਪ੍ਰਦੇਸ਼ ਲਾਈਵ ਦੇ ਯੂਟਿਊਬ ਚੈਨਲ 'ਤੇ ਜ਼ਰੂਰ ਪਾਉਂਦੇ ਹਾਂ, ਜਿਹੜੀਆਂ ਚੰਗੀਆਂ ਚੀਜ਼ਾਂ ਨੇ, ਵਡਮੁੱਲੀਆਂ ਚੀਜ਼ਾਂ ਨੇ, ਫ੍ਰੀ ਆਫ ਕੋਸਟ ਹੈ ਜੀ। ਉਹਨੂੰ ਇੱਕ ਵਾਰ ਸਬਸਕ੍ਰਾਈਬ ਕਰ ਲਓ, ਬੈੱਲ ਆਈਕੋਨ ਦਾ ਬਟਨ ਦੱਬੋ, ਤਾਂ ਕਿ ਤੁਹਾਡੇ ਫੋਨ ਦੇ ਉੱਪਰ ਕਿਸੇ ਵੀ ਵੀਡੀਓ ਕਲਿੱਪ ਦੀ ਜਾਣਕਾਰੀ ਤੁਹਾਨੂੰ ਜਿਹੜੀ ਹੈਗੀ ਮਿਲ ਸਕੇ। ਅੱਧਾ ਸ਼ੋਅ ਇੱਥੇ ਖਤਮ ਕਰ ਰਿਹਾ, ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦਾ ਧੰਨਵਾਦ, ਸਤਿ ਸ਼੍ਰੀ ਅਕਾਲ।